ਕਰੋਨਾ ਵਾਇਰਸ ਦੇ ਕਹਿਰ ਦੇ ਚਲਦੇ ਅੱਜ ਭਾਰਤ ਵਿੱਚ ਕਰਫਿਊ ਦਾ ਦੌਰ ਚੱਲ ਰਿਹਾ ਹੈ, ਜਿਸ ਕਾਰਨ ਆਮ ਬੰਦੇ ਦੇ ਜੀਵਨ ਉੱਤੇ ਕਾਫੀ ਪ੍ਰਭਾਵ ਪਿਆ ਹੈ। ਆਰਥਿਕ ਤੌਰ 'ਤੇ ਹਰ ਵਰਗ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰੀਬੀ ਤਬਕੇ ਦੇ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਕਈ ਦਿਨਾਂ ਤੋਂ ਤਾਂ ਚੁੱਲ੍ਹਾ ਤੱਕ ਨਹੀਂ ਬਲਿਆ। ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਕੁਝ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਪੈਰ ਅੱਗੇ ਕਰਕੇ ਲੰਗਰ ਜਿਹੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸੇ ਤਰ੍ਹਾਂ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਫਗਵਾੜਾ ਪ੍ਰਬੰਧਕ ਕਮੇਟੀ ਵੱਲੋਂ ਰੋਜ਼ਾਨਾ 2000 ਬੰਦੇ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਜ਼ਰੂਰਤਮੰਦ ਅਤੇ ਲੋੜਵੰਦ ਪਰਿਵਾਰਾਂ ਨੂੰ ਇਹ ਲੰਗਰ ਘਰ ਪਹੁੰਚਾਇਆ ਜਾਂਦਾ ਹੈ, ਜਿਹੜੇ ਕਿ ਬਿਲਕੁਲ ਗਰੀਬੀ ਦਰ ਤੋਂ ਨੀਚੇ ਜੀਵਨ ਬਤੀਤ ਕਰਦੇ ਹਨ ਅਤੇ ਜਿਨ੍ਹਾਂ ਦੇ ਘਰ ਅਨਾਜ ਦਾ ਅੱਜ ਇੱਕ ਦਾਣਾ ਵੀ ਨਹੀਂ ਹਨ, ਉਹਨਾਂ ਦੀ ਸੇਵਾ ਲਈ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਪ੍ਰਬੰਧਕ ਕਮੇਟੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਬਹੁਤ ਸਾਰੇ ਬੰਦੇ ਐਸੇ ਦਿਹਾੜੀਦਾਰ ਕਰਦੇ ਆ ਜਿਹੜੇ ਜਾਂ ਹੋਰ ਗਰੀਬ ਪਰਿਵਾਰ ਆ ਜੇ ਰੋਜ਼ ਕਮਾਉਂਦੇ ਸੀ ਰੋਜ਼ ਖਾਂਦੇ, ਪਰ ਅੱਜ ਉਹ ਲੋਕ ਹੈਗਾ ਵੀ ਆ ਤਾਂ ਮਿਲਦੇ ਰਹੇ, ਤਨਖਾਹ ਫੈਕਟਰੀਆਂ ਬੰਦ ਰਹੀਆਂ, ਕਈ ਵਿਚਾਰੇ ਕੋਲ ਪੈਸਾ ਹੈ ਨਹੀਂ ਡੇਲੀ ਕਮਾਉਂਦੇ, ਉਹ ਗਰੀਬ ਪਰਿਵਾਰ ਜਿਸ ਨੂੰ ਇਹ ਆਪਾਂ ਨੂੰ ਕਹਿ ਦਿੱਤਾ ਉਹਨਾਂ ਗਰੀਬ ਪਰਿਵਾਰਾਂ ਨੂੰ ਘਰ ਬੈਠੇ ਉਹਨਾਂ ਨੂੰ ਭੋਜਨ ਪਹੁੰਚਾਇਆ ਜਾਵੇ। ਆਪਾਂ ਕੱਲ੍ਹ ਇਹ ਸ਼ੁਰੂ ਕੀਤਾ, ਕੱਲ੍ਹ ਲਗਭਗ 2000 ਬੰਦਿਆਂ ਨੂੰ ਭੋਜਨ ਟਰੈਕਟਰ 'ਤੇ ਭੇਜਿਆ ਗਿਆ, ਤੁਸੀਂ ਦੇਖ ਰਹੇ ਭੋਜਨ ਬਣਦਾ ਵਾ। ਉਸ ਤੋਂ ਬਾਅਦ ਸਾਡੇ ਬ੍ਰਿਟੀਆਂ ਲੰਗਰ ਪੈਕ ਕਰਦੇ ਆ, ਉਹ ਜਿਹੜੀ ਨੰਬਰ ਸਾਨੂੰ ਪੂਰੇ ਸ਼ਹਿਰ 'ਚ ਆਪਾਂ ਹੈਲਪਲਾਈਨ ਸ਼ੁਰੂ ਕੀਤੀ ਸੀ, ਸ਼ਹਿਰ ਦੇ ਲਾਭਾਂ ਸਾਰੇ ਕੋਨੇ 'ਚੋਂ। ਆਪਾਂ ਜੇ ਦਾਦਰੋਂ ਸ਼ੁਰੂ ਕਰੀਏ ਤਾਂ ਬਸੰਤ ਨਗਰ ਕੋਟ ਰਾਣੀ ਤੋਂ ਲੈ ਕੇ ਹਰੀਆਬਾਦ ਤੱਕ, ਉਹ ਸਤੇਸ਼ਪੁਰੇ ਤੱਕ, ਚੱਕਵੀਰ ਤੱਕ, CRP ਕਲੋਨੀ ਤੱਕ, ਚੱਕਵੀ ਤੱਕ, ਬਾਬੇ ਗਲੀਏ ਤੱਕ, ਸ਼ਹਿਰ ਦੇ ਸਾਰੇ ਪਾਸਿਓਂ ਵੱਖ ਵੱਖ ਪਾਸਿਓਂ ਜੋ ਵੀ ਬੰਦਾ ਸਾਨੂੰ ਪਰਿਆਰ ਕਰਦਾ ਆਪਾਂ ਦੇਖਦੇ ਹਾਂ। ਜਿਹੜਾ ਲੋੜਵੰਦ ਹੈਗਾ ਉਹਨੂੰ ਅੱਜ ਦੁਬਾਰਾ ਭੇਜਿਆ ਜਾਊਗਾ, ਜਿਹੜਾ ਲੋੜਵੰਦ ਨਹੀਂ ਉਹਨੂੰ ਘੱਟਦਾ ਜਾਊਗਾ। ਉਹਨਾਂ ਨੂੰ ਆਪਾਂ ਭੋਜਨ ਪੈਕ ਕਰਕੇ ਉਹਨਾਂ ਨੰਬਰ ਲਿਖ ਲਈਏ, ਫੋਨ ਨੰਬਰ ਉਹਨਾਂ ਦੇ ਘਰ ਉੱਤੇ ਪਹੁੰਚ ਕੇ ਫੋਨ ਮਾਰ ਕੇ ਘਰ ਪੈ ਕੇ ਤੁਸੀਂ ਜਾਈਦਾ, ਫਿਰ ਹੀ ਆਪਾਂ ਉਹਨਾਂ ਦਾ ਜਾ ਕੇ ਰਸ਼ ਪਾਈਏ। ਉੱਥੇ ਪੈਕਟ ਬਣਿਆ ਉਹਨਾਂ ਦੇ ਘਰ ਪੈਕਟ ਪਾ ਜਾਈਦਾ, ਪੈਕਟ ਵਿੱਚ 2 ਟਾਈਮ ਦਾ ਭੋਜਨ ਹੁੰਦਾ, ਦੁਪਹਿਰ ਦਾ ਵੀ ਅਤੇ ਰਾਤ ਦਾ ਵੀ। ਠੀਕ, ਇਹ ਕਿੰਨੇ ਬੰਦਿਆਂ ਨੂੰ ਡੇਲੀ ਦਾ ਭੋਜਨ ਤੁਸੀਂ ਪ੍ਰੋਵਾਈਡ ਕਰ ਰਹੇ ਹੋ? ਕੱਲ੍ਹ ਆਪਾਂ ਲਗਭਗ 2000 ਬੰਦੇ ਦਾ ਭੋਜਨ ਗਿਆ, ਅੱਜ ਲਗਭਗ 3000 ਬੰਦੇ ਦਾ ਰਾਸ਼ਨ ਬਣ ਰਿਹਾ, ਫਿਰ ਤੋਂ ਸਾਡੇ ਹਲਾਈ ਸਾਹਿਬ ਵੀ ਲੱਗੇ ਹੋਏ ਆ, ਸਾਰੇ ਸੇਵਾ ਹੀ ਕਰ ਰਹੇ ਆ ਇਸ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ। ਬਿਊਰੋ ਰਿਪੋਰਟ ਯਤਿਨ ਸ਼ਰਮਾ ਦੇ ਨਾਲ ਕੈਮਰਾਮੈਨ ਤਰੁਣ ਸ਼ਰਮਾ ਦੀ ਖਾਸ ਰਿਪੋਰਟ।